ਆਪਣੀ ਲੜਾਈ ਸਮਝ ਕੇ ਨਿੱਜੀ ਲੜਾਈ ਸਮਝ ਕੇ ਕਿਸਾਨ ਭਾਈਚਾਰੇ ਦਾ ਮਜ਼ਦੂਰ ਭਾਈਚਾਰੇ ਦਾ ਸਾਥ ਦਿੰਦਾ ਆਪਣੇ ਕੰਮ ਕਰ ਛੱਡ ਕੇ ਵਾਅਦਾ ਕੀਤਾ ਅੱਜ ਆਪਾਂ ਜੇ ਗੱਲ ਕਰੀਏ ਕਿਸਾਨੀ ਦੀ ਤੇ ਜੇ ਗੱਲ ਕਰੀਏ ਦੋਨਾਂ ਪਾਰਟੀਆਂ ਦੀ ਅੱਜ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਸਾਹਿਬ ਦੀਆਂ ਮਲਾਈਕੀਆਂ ਸਾਡੇ ਪੰਜਾਬ ਨੂੰ ਵੇਚ ਕੇ ਖਾਂਦੇ ਕਿਸ ਤਰ੍ਹਾਂ ਕੈਪਟਨ ਸਾਹਿਬ ਨੇ ਆਪਣੇ ਨਿੱਜੀ ਹੱਥਾਂ ਦੇ ਲਈ ਤੇ ਬਾਦਲ ਸਾਹਿਬ ਨੇ ਆਪਣੇ ਪਰਿਵਾਰ ਦੇ ਸੁਖਾਂ ਦੇ ਲਈ ਕਿਸ ਤਰ੍ਹਾਂ ਸਮੇਂ ਸਮੇਂ ਤੇ ਪੰਜਾਬ ਨੂੰ ਪਾ ਕੇ ਲਾਇਆ ਅੱਜ ਮੈਂ ਗੱਲ ਕਰਾਂਗੀ ਪੰਜਾਬ ਦੀ ਜਿਹੜਾ ਪੰਜਾਬ ਸਾਡਾ ਸੋਨੇ ਦੀ ਚਿੜੀ ਸੀ ਸੱਤਰ ਸਾਲ ਤੋਂ ਇਹ ਪੰਜਾਬ ਇਹਨਾਂ ਦੋਨਾਂ ਰਾਜਸੀ ਪਾਰਟੀਆਂ ਦੇ ਸ਼ਾਹੀ ਘਰਾਣਿਆਂ ਦੇ ਹੱਥ ਵਿੱਚ ਰਿਹਾ ਪਰ ਕੀ ਬਣਿਆ ਇਹਨਾਂ ਦੀ ਕਰੋੜਾਂ ਦੀ ਪ੍ਰਾਪਰਟੀ ਤੇ ਪੰਜਾਬ ਖਜ਼ਾਨਾ ਖਾਲੀ ਇਹਨਾਂ ਦਾ ਮਹਿਲਾਂ ਦੇ ਵਿੱਚ ਰਾਜ ਨਵੇਂ ਨਵੇਂ ਮਹਿਲ ਪਰ ਪੰਜਾਬ ਦਾ ਮਜ਼ਦੂਰ ਤੇ ਪੰਜਾਬ ਦਾ ਕਿਸਾਨ ਸਿਰਫ ਤੇ ਸਿਰਫ ਟੰਗਿਆ ਦਰਖਤ ਤੇ ਮਿਲਿਆ ਘਰਦਿਆਂ ਨੂੰ ਮਿਲਿਆ ਉਹਨਾਂ ਨੂੰ ਗੱਲ ਕੀ ਸੀ ਕਿਉਂਕਿ ਕੈਪਟਨ ਸਾਹਿਬ ਦੇ ਆਪਣੇ ਪਰਿਵਾਰ ਦੇ ਇਨਕਮ ਟੈਕਸ ਤੇ ਈਡੀ ਦੇ ਮਾਮਲੇ ਬੜੇ ਸਾਰੇ ਸੀਬੀਆਈ ਕੋਲ ਪਏ ਆ ਜੇ ਕੈਪਟਨ ਸਾਹਿਬ ਕਹਿੰਦੇ ਆ ਕਿ ਮੋਦੀ ਸਾਹਿਬ ਅਸੀਂ ਤਾਂ ਇਹ ਕਰ ਨਹੀਂ ਦੇਣਾ ਪੰਜਾਬ ਦੇ ਲੋਕਾਂ ਦੇ ਮੈਂ ਹੱਕ ਚ ਖੜਾਂਗਾ ਉਹ ਕਹਿੰਦਾ ਖੜ ਹੱਕ ਚ ਮੈਂ ਤੇਰੇ ਹੱਕਾਂ ਤੇ ਡਾਕਾ ਮਾਰਦਾ ਰਹਿ ਗਿਆ ਪੰਜਾਬ ਮੇਰਾ ਰਹਿ ਗਿਆ ਉਹ ਪੰਜਾਬ ਜਿਹੜੇ ਕਹਿੰਦੇ ਆ ਸਾਡਾ ਪੰਜਾਬ ਸੋਨੇ ਦੀ ਚਿੜੀ ਰਹਿ ਗਿਆ ਪੰਜਾਬ ਦੇ ਉਹ ਲੋਕ ਜਿਹੜੇ ਪਲ ਪਲ ਤੜਫਦੇ ਲੋਕ ਜਿਹੜੇ ਕਹਿੰਦੇ ਆ ਵੀ ਸਾਡੇ ਪੰਜਾਬੀਆਂ ਦੇ ਕੁਛ ਬਣੇਗਾ ਇਹ ਗੁਟਕਾ ਸਾਹਿਬ ਇੱਕ ਸਰਕਾਰ ਬਚਾਉਣ ਦੇ ਲਈ ਪਿਛਲੀ ਵਾਰ ਯਾਦ ਰੱਖੋ ਇਹੀ ਰੇਲ ਰੋਕੋ ਅੰਦੋਲਨ ਚੱਲ ਰਿਹਾ ਸੀ ਕਿਸਾਨਾਂ ਦਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਇਹੀ ਰੇਲ ਰੋਕੋ ਅੰਦੋਲਨ ਨੂੰ ਰੋਕਣ ਦੇ ਲਈ ਬਾਦਲ ਸਾਹਿਬ ਤੇ ਮੋਦੀ ਸਾਹਿਬ ਨੇ ਤਾਰ ਚਾਲ ਕੇ ਚੱਲੀ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਤਾਰ ਤਾਰ ਕਰਕੇ ਨਾਲੀਆਂ ਗਲੀਆਂ ਦੇ ਵਿੱਚ ਰੋੜੇ ਸਿਰਫ ਮਕਸਦ ਕੀ ਸੀ ਮਕਸਦ ਇੱਕੋ ਸੀ ਕਿ ਕਿਸੇ ਤਰ੍ਹਾਂ ਦਾ ਕਿਸਾਨਾਂ ਦਾ ਅੰਦੋਲਨ ਰੋਕਿਆ ਜਾਵੇ ਉਹਦੇ ਲਈ ਬੇਸ਼ੱਕ ਸਾਡਾ ਗੁਰੂ ਜਾਂ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੀ ਮਾਨਵਤਾ ਦੇ ਗੁਰੂ ਆ ਜੀ ਨੇ ਸਮੁੱਚੀ ਮਾਨਵਤਾ ਨੂੰ ਜ਼ਿੰਦਗੀ ਜਿਉਣ ਦਾ ਫਲਸਫਾ ਸਿਖਾਇਆ ਉਹ ਗੁਰੂ ਨੇ ਪੱਤਰੇ ਤਾਰ ਤਾਰ ਕੀਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਦੇਖਿਆ ਵੀ ਜੋ ਮਰਜ਼ੀ ਹੋ ਜਾਏ ਹੁਣ ਤਾਂ ਆਪਣਾ ਇੱਕੋ ਹੀ ਹੱਲ ਹੈ ਵੀ ਮੈਂ ਸਰਕਾਰ ਲੋਕਾਂ ਦੀ ਭਾਵਨਾਵਾਂ ਮੈਂ ਖੇਡ ਕੇ ਬਣਾ ਸਕਦਾ ਉਹਨੇ ਉਸ ਤੋਂ ਵੱਧ ਮਾੜਾ ਕੰਮ ਕੀਤਾ ਉਹਨੇ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਇਸ ਤਰ੍ਹਾਂ ਦਿਖਾਇਆ ਵੀ ਪੰਜਾਬ ਦੇ ਲੋਕੋ ਮੈਂ ਇਸ ਗੁਟਕਾ ਸਾਹਿਬ ਦੀ ਸੌਂ ਖਾਂਦਾ ਦਮਦਮਾ ਸਾਹਿਬ ਜੀ ਨੂੰ ਤੁਸੀਂ ਪੂਜਦੇ ਹੋ ਮੈਂ ਉਹਦੀ ਸੌਂ ਖਾ ਕੇ ਕਹਿੰਦਾ ਵੀ ਚਾਰ ਹੱਥਾਂ ਦਾ ਮੌਕਾ ਦੇ ਦੂੰ ਮੈਂ ਨਸ਼ਾ ਮਾਫੀਆ ਮੈਂ ਹਰ ਤਰ੍ਹਾਂ ਦਾ ਪੰਜਾਬੀ ਸੂਬਾ ਖੁਸ਼ਹਾਲ ਕਰ ਦਾਂਗਾ ਮੈਂ ਘਰ ਘਰ ਨੌਕਰੀ ਦੇ ਦਾਂਗਾ ਮੈਂ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਾਂਗਾ ਮੈਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰ ਦਾਂਗਾ ਮੈਂ PhD ਤੱਕ ਪੜ੍ਹਾਈ ਫ੍ਰੀ ਕਰ ਦਾਂਗਾ ਮੈਂ ਹਰ ਤਰ੍ਹਾਂ ਦਾ ਰੇਤ ਮਾਫੀਆ ਮੈਂ ਹਰ ਬੰਦ ਕਰ ਦਾਂਗਾ ਪਰ ਯਕੀਨ ਮੰਨਿਓ ਪੰਜਾਬ ਦੀ ਲੁੱਟ ਖੁੱਚ ਤੇ ਤਾਂ ਬੰਦ ਹੁੰਦੀ ਜੇ ਨੀਅਤ ਸਾਫ਼ ਹੁੰਦੀ ਜਦੋਂ ਦੇਖਿਓ ਪਹਿਲਾਂ ਦੋ ਰੋਜ਼ ਤਾਰਾਂ ਦੇ ਵਿੱਚ ਆ ਕੇ ਇੱਕੋ ਹੀ ਗੱਲ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕੈਪਟਨ ਸਾਹਿਬ ਇਹ ਖਜ਼ਾਨਾ ਉਦੋਂ ਖਾਲੀ ਕਿਉਂ ਨਹੀਂ ਹੋਇਆ ਜਦੋਂ ਤੁਹਾਡਾ ਸਿਸਟਮਾਂ ਦੇ ਵਿੱਚ ਮੋਤੀ ਮਹਿਲ 6 ਮਹੀਨੇ ਦੇ ਵਿੱਚ ਤਿਆਰ ਹੋ ਗਿਆ ਇਹ ਖਜ਼ਾਨਾ ਉਦੋਂ ਖਾਲੀ ਕਿਉਂ ਨਹੀਂ ਹੋਇਆ ਜਦੋਂ ਤੁਹਾਡੇ ਸ਼ਾਹੀ ਸ਼ੌਕ ਜਦੋਂ ਤੁਹਾਡੀਆਂ ਰੈਲੀਆਂ ਦੇ ਵਿੱਚ 2-2 ਕਰੋੜ ਸਰਕਾਰੀ ਖਰਚਿਆਂ ਚੋਂ ਨਿਕਲਿਆ ਇਹ ਖਜ਼ਾਨਾ ਉਦੋਂ ਖਾਲੀ ਕਿਉਂ ਨਹੀਂ ਹੋਇਆ ਜਦੋਂ ਤੁਸੀਂ ਆਪਣਾ ਸਰਕਾਰੀ ਖਰਚੇ ਦੇ ਵਿੱਚੋਂ ਆਪਣਾ ਵਿਦੇਸ਼ੀ ਮਿੱਤਰ ਦਾ ਜਨਮਦਿਨ ਮਨਾਉਣ ਲਈ ਪਹਾੜਾਂ ਦੀ ਯਾਤਰਾ ਕਰਦੇ ਹੋ ਕਦੇ ਮਨਾਲੀ ਦੀ ਯਾਤਰਾ ਕਰਦੇ ਹੋ ਸਾਡੇ ਲਈ ਖਜ਼ਾਨਾ ਖਾਲੀ ਸਾਡੇ ਮਜ਼ਦੂਰ ਦਾ ਕਰਜ਼ਾ ਸਾਡੇ ਮਜ਼ਦੂਰਾਂ ਦਾ ਕਰਜ਼ਾ ਵੱਧ ਤੋਂ ਵੱਧ 20,000 ਵੱਧ ਤੋਂ ਵੱਧ 30,000 ਹੱਦ 50,000 ਅੱਜ ਸਾਡਾ ਮਜ਼ਦੂਰ ਤਰ੍ਹਾਂ ਤਰ੍ਹਾਂ ਕਰਦਾ ਪਰ ਉਹ ਮਜ਼ਦੂਰ ਨੂੰ ਕੀ ਸਾਨੂੰ ਨੂੰ ਮਿਲਦਾ ਨਾ ਖਾਓ ਵਧੀਆ ਕੱਪੜੇ ਨਾ ਪਾਓ ਤਾਂ ਹੀ ਤੁਹਾਡਾ ਕਿਸੇ ਕਰਜ਼ਾ ਵੱਧਦਾ ਕੈਪਟਨ ਸਾਹਿਬ ਸਾਡੇ ਤੋਂ ਇੱਕੋ ਹੀ ਗਲਤੀ ਹੋਈ ਹੈ ਕਿ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਗੱਦੀ ਤੇ ਨਹੀਂ ਬਿਠਾ ਸਕੇ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਗੱਦੀ ਤੇ ਨਹੀਂ ਬਿਠਾ ਸਕੇ ਅਸੀਂ ਤੇਰੇ ਬੱਚਿਆਂ ਨੂੰ ਗੱਦੀ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਸਾਡੀ ਗਲਤੀ
ਸ਼ਾਹੀ ਘਰਾਣਿਆਂ ਦੇ ਬਾਰ ਬਾਰ ਬੀਰ ਰੱਜੇ ਹੋਏ ਆ ਇਹ ਸਾਡੇ ਪੰਜਾਬ ਦਾ ਧਲਾਕਾ ਨਹੀਂ ਗਏ ਪਰ ਪੰਜਾਬੀਆਂ ਨੂੰ ਸਮਝ ਆ ਗਈ ਕਿ ਰੱਜਿਆ ਹੋਇਆ ਜ਼ਿਆਦਾ ਔਖਾ ਕਰਦਾ ਪੰਜਾਬੀਆਂ ਨੂੰ ਸਮਝ ਆ ਗਈ ਵੀ ਪੰਜਾਬ ਦਾ ਭਲਾ ਉਹ ਕਰ ਸਕਦਾ ਜਿਹੜਾ ਪੰਜਾਬ ਦਾ ਪੇਟਾ ਹੋਵੇ ਜਿਹੜਾ ਪੰਜਾਬ ਦੇ ਸੜਕ ਪਰ ਉਤਰਿਆ ਹੋਵੇ ਜਿਹੜਾ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਿਆ ਹੋਵੇ ਜਿਹੜਾ ਪੰਜਾਬ ਦੀ ਮਿੱਟੀ ਦੇ ਵਿੱਚ ਰੋਲ ਰਿਹਾ ਹੋਵੇ ਦੂਜਾ ਕੋਈ ਨਹੀਂ ਕਰ ਸਕਦਾ ਜੇ ਤੁਸੀਂ ਕਹੋਗੇ ਕੋਈ ਕੈਲੀਫੋਰਨੀਆ ਦਾ ਪੜ੍ਹਿਆ ਪੰਜਾਬ ਦੇ ਸਰਕਾਰੀ ਕਾਲਜ ਦੀ ਵਿਆਸਤਾ ਦਾ ਅਸਰ ਬਣ ਤਾਂ ਤੁਸੀਂ ਸਾਰੇ ਭੁਲੇਖੇ 'ਚ ਜਦੋਂ ਕਿਸਾਨੀ ਬਿੱਲ ਪਿਛਲੀ ਸਰਕਾਰ ਸਮੇਂ ਸਮੇਂ ਤੇ ਸਭ ਤੋਂ ਦੋ ਤਰ੍ਹਾਂ ਦੇ ਧੋਖੇ ਕਰਦੀ ਹੈ ਪਹਿਲਾ ਧੋਖਾ ਸਾਰਾ ਪੰਜਾਬ ਨੂੰ ਕਹਿੰਦੇ ਪੰਜਾਬੀ ਹੋ ਫਿਕਰ ਨਾ ਕਰੋ ਬਹੁਤਾ ਖੁਦਕੁਸ਼ੀਆਂ ਤੋਂ ਨਾ ਡਰੋ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਅਕਾਲੀ ਪਾਰਟੀ ਦੀ ਆਲਾ ਲੀਡਰ ਜਿਹੜੀ ਕਹਿੰਦੀ ਤਾਂ ਕੀ ਹੋਏਗਾ ਕਿਸਾਨ ਮਰ ਗਿਆ ਪਹਿਲਾਂ 250 ਰੁਪਏ ਦਿਹਾੜੀ ਲੈਂਦਾ ਸੀ ਹੁਣ 2 ਲੱਖ ਮਿਲ ਚੁੱਕਾ ਇਹਨਾਂ ਦੀ ਪਾਰਟੀ ਦੀ ਲੀਡਰ ਉਸ ਸਮੇਂ ਬਾਦਲ ਸਾਹਿਬ ਨੇ ਨਹੀਂ ਪੁੱਛਿਆ ਵੀ ਦੀਪਾ ਤੂੰ ਇਹ ਕਿਹੜਾ ਬਿਆਨ ਦਿੰਦੀ ਹੈ ਕਿਸਾਨ ਮੇਰਾ ਪਾਪਾ ਕਿਸਾਨ ਮੇਰਾ ਭਾਈ ਹੈ ਇਹ ਆਮ ਆਦਮੀ ਪਾਰਟੀ ਕਿਸਾਨੀ ਹਿਤੈਸ਼ੀ ਪਾਰਟੀ ਹੈ ਬਟ ਉਹਨਾਂ ਨੇ ਨਹੀਂ ਪੁੱਛਣਾ ਕਿਉਂਕਿ ਰਾਣੇ ਮਿਲੇ ਹੋਏ ਆ ਫਿਰ ਕੈਪਟਨ ਸਾਹਿਬ ਨੂੰ ਪਤਾ ਸੀ ਵੀ ਸਰਕਾਰ ਬਣਾਉਣੀ ਹੈ ਜੇ ਮੈਂ ਨਾ ਬਣਾ ਸਕਿਆ ਤਾਂ ਸਾਡੇ ਤਾਂ ਔਖਾ ਹੋ ਜੂ ਸਾਡਾ ਤਾਂ ਮੋਤੀ ਮਹਿਲ ਵੀ ਕਿਰਾਏ ਤੇ ਸਾਡਾ ਤਾਂ ਮੋਤੀ ਮਹਿਲ ਵੀ ਗਹਿਣੇ ਤੇ ਇਕੱਲੀ ਨਹੀਂ ਹੋ ਪਾਈ ਸਾਡੀ ਉਹਨਾਂ ਨੇ ਇੱਕੋ ਹੀ ਗੱਲ ਕੀਤੀ ਕਹਿੰਦੇ ਗੁਟਕਾ ਸਾਹਿਬ ਦੀ ਸੌ ਖਾ ਕੇ ਕਹਿਣਾ ਚਾਹੇ ਤੁਹਾਡਾ ਕਰਜ਼ਾ ਆੜਤੀਆਂ ਦਾ ਹੋਵੇ ਚਾਹੇ ਤੁਹਾਡਾ ਕਰਜ਼ਾ ਸਹਿਕਾਰੀ ਸਭਾਵਾਂ ਦਾ ਹੋਵੇ ਚਾਹੇ ਤੁਹਾਡੇ ਕਿਸੇ ਪ੍ਰਾਈਵੇਟ ਬੈਂਕ ਦਾ ਕਰਜ਼ਾ ਹੋਵੇ ਨਾਰਾ ਕੀ ਸੀ ਕਰਜ਼ਾ ਕੁਰ ਫਸਲ ਦੀ ਪੂਰੀ ਰਕਮ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਤਾਂ ਤੁਸੀਂ ਸਾਨੂੰ ਕੀ ਦੇਣੀ ਸੀ ਤੁਸੀਂ ਸਾਨੂੰ ਫਸਲ ਦੀ ਪੂਰੀ ਰਕਮ ਤਾਂ ਕੀ ਦੇਣੀ ਸੀ ਤੁਸੀਂ ਤਾਂ ਜਿੱਥੇ ਫਸਲ ਵਿਕਦੀ ਹੈ ਮੰਡੀਆਂ ਚੱਕ ਕੇ ਲੈ ਗਈ ਕੈਪਟਨ ਸਾਹਿਬ ਜਦੋਂ ਤੁਸੀਂ ਮੀਟਿੰਗ ਦੇ ਵਿੱਚ ਪਹਿਲੀ ਮੀਟਿੰਗ 'ਚ ਪਹਿਲੇ ਬਿੱਲ 'ਚ ਤੁਸੀਂ ਤੁਹਾਡੀ ਰਾਜ 5 ਮੈਂਬਰੀ ਦਾ ਕਮੇਟੀ ਬਣੀ ਹੈ ਰਾਜਾਂ ਦੀ ਉਹਦੇ ਤੁਸੀਂ ਮੈਂਬਰ ਸੀ ਜਦੋਂ ਪਹਿਲੇ ਬਿੱਲ 'ਤੇ ਤੁਹਾਨੂੰ ਪੁੱਛਿਆ ਗਿਆ ਤੁਸੀਂ ਕਿਉਂ ਨੀ ਪੰਜਾਬ ਦੇ ਲੋਕਾਂ ਨੂੰ ਆ ਕੇ ਦੱਸਿਆ ਵੀ ਪੰਜਾਬੀਓ ਜਿਹੜੀ ਚੀਜ਼ ਸੀ ਉਹ ਹੋ ਚੁੱਕੀ ਹੈ ਇਹ ਤਾਂ ਮਤਾ ਆ ਗਿਆ ਤੁਸੀਂ ਇੱਕ ਮੀਟਿੰਗ ਤੇ ਆਪ ਨਹੀਂ ਗਏ ਤੇ ਦੂਜੀ ਤੇ ਮਨਪ੍ਰੀਤ ਬਾਦਲ ਭੇਜਿਆ ਤੁਹਾਡੇ ਜਦੋਂ ਉੱਥੇ ਸਹਿਮਤੀ ਹੋਈ ਫਿਰ ਬਿੱਲ ਲੋਕ ਸਭਾ ਦੇ ਵਿੱਚ ਆਇਆ ਫਿਰ ਦੀ ਗੱਲ ਹੈ ਤੁਸੀਂ ਕਹਿ ਰਹੇ ਹੋ ਵੀ ਅਸੀਂ ਪੰਜਾਬੀਆਂ ਦੇ ਹੱਕ 'ਚ ਤੁਸੀਂ ਤਾਂ ਪੰਜਾਬੀਆਂ ਦੇ ਪਿੱਠ 'ਚ ਛੁਰਾ ਮਾਰ ਰਹੇ ਹੋ ਰਹੀ ਗੱਲ ਅਕਾਲੀ ਪਾਰਟੀ ਦੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਪੂਰੀ ਵਾਹ ਲਾ ਲਈ ਵੀ ਕਿਸੇ ਨਾ ਕਿਸੇ ਤਰਫ ਕਰਕੇ ਮੋਹਾਲੀ ਦੀ ਕੁਰਸੀ ਬਚਾਓ ਜਦੋਂ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਪੂਰਾ ਗੜ ਤੇ ਗੋਡਾ ਧਰ ਲਿਆ ਵੀ ਕਹਿ ਦਿੱਤਾ ਵੀ ਹੁਣ ਤੁਸੀਂ ਆ ਜਾਓ ਜੇ ਤੁਸੀਂ ਪਿੰਡਾਂ 'ਚ ਬਣੇ ਤਾਂ ਅਸੀਂ ਤੁਹਾਨੂੰ ਵੜਨ ਨਹੀਂ ਦੇਣਾ ਫਿਰ ਮਜਬੂਰੀ ਬਸ ਅਸਤੀਫਾ ਦਿੱਤਾ ਬੀਬਾ ਜੀ ਜਿਸ ਦਿਨ ਤੁਹਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ਕਹਿ ਰਹੇ ਸੀ ਵੀ ਇਹ ਬਿੱਲ ਸਾਡੇ ਵਿਰੋਧ 'ਚ ਜ਼ੁਲਮ ਦੇ ਵਿੱਚ ਉਸ ਸਮੇਂ ਤੁਸੀਂ ਵਿਰੋਧ ਨਹੀਂ ਕੀਤਾ ਉਸ ਸਮੇਂ ਤਾਂ ਤੁਹਾਡਾ ਪਤਾ ਪਰਮੇਸ਼ਰ ਜਿਹੜਾ ਐਮਪੀ ਬੈਠਾ ਉੱਥੇ ਉਹ ਤਰ੍ਹਾਂ ਤਰ੍ਹਾਂ ਨੇ ਫਾਇਦੇ ਗਣਾ ਰਹੇ ਹੋ ਪੂਰੀ ਅਕਾਲੀ ਦਲ ਫਾਇਦੇ ਗਣਾ ਰਹੀ ਹੋ ਵੀ ਇਸ ਤੋਂ ਮਹਾਨ ਤੇ ਪਵਿੱਤਰ ਗੱਲ ਪੰਜਾਬ ਦੀ ਧਰਤੀ ਤੇ ਕੋਈ ਆ ਹੀ ਨਹੀਂ ਸਕਦਾ ਜਦੋਂ ਬਿੱਲ ਪਾਸ ਹੋ ਗਿਆ ਉਦੋਂ ਇਹ ਬਿੱਲ ਵਿਰੋਧ ਹੋ ਗਿਆ ਕਿਉਂਕਿ ਉਦੋਂ ਤੁਹਾਨੂੰ ਪਤਾ ਸੀ ਵੀ ਜਿਹੜੀ ਛੁਰੀ ਚੱਲਣੀ ਹੈ ਉਹ ਚੱਲ ਗਈ ਹੁਣ ਤਾਂ ਅਸੀਂ ਵਿਰੋਧ ਕਰੀਏ ਤਾਂ ਵੀ ਕੋਈ ਫਾਇਦਾ ਨਹੀਂ ਸਭ ਤੋਂ ਮਾੜੀ ਗੱਲ ਜਿੱਥੇ ਮੋਦੀ ਸਰਕਾਰ ਦੀ ਬਹੁਮਤ ਵੀ ਹੈ ਉੱਥੇ ਵੀ ਸਾਰੀਆਂ ਖੇਤਰੀ ਪਾਰਟੀਆਂ ਨੇ ਰਲ ਕੇ ਬਿੱਲ ਪਾਸ ਕਰਵਾਤਾ ਇਹਦਾ ਮਤਲਬ ਸਾਡੇ ਪੰਜਾਬ ਦੇ ਨਾਲ ਜਿਸ ਤਰ੍ਹਾਂ ਕੇਂਦਰ ਸ਼ੁਰੂ ਤੋਂ ਧੱਕਾ ਕਰਦਾ ਆਇਆ ਸ਼ੁਰੂ ਤੋਂ ਸਾਡੇ ਕੇਂਦਰ ਨੇ ਧੱਕਾ ਕੀਤਾ ਪੰਜਾਬ ਕਿਸੇ ਤਰ੍ਹਾਂ ਦੀ ਕੋਈ ਯੋਜਨਾ ਦੇ ਵਿੱਚ ਯੋਜਨਾ ਤੋਂ ਸਾਨੂੰ ਕਰਤਾ ਸਾਡੀਆਂ ਫੈਕਟਰੀਆਂ ਦੇ ਵਿੱਚ ਘਟ ਗਿਆ ਜਿਹੜਾ ਪੰਜਾਬ ਦੂਜਾ ਤੋਂ ਪਹਿਲਾਂ 12ਵੇਂ ਨੰਬਰ ਤੇ ਸੀ ਇੰਡਸਟਰੀ ਚ ਹੁਣ ਇਹ ਪੰਜਾਬ ਨੰਬਰ ਤੇ ਆ ਜਿਹੜਾ ਗੁਰੂਆਂ ਪੀਰਾਂ ਦੀ ਬਖਸ਼ਿਸ਼ ਦੇ ਨਾਲ ਪੰਜਾਬ ਦੇ ਵਿੱਚ ਅਣਖੀ ਯੋਧਾ ਹੋਇਆ ਕਰਦੇ ਸੀ ਅੱਜ ਵਿਚਾਰੇ ਸਵਾ ਇੰਚ ਦੀ ਹਰੀ ਸਿੰਘ ਮਲੀਆ ਦੇ ਬਾਰਸ ਸੂਈ ਦੇ ਮੁਤਾਜ ਹੋ ਗਏ ਅੱਜ ਸਰਕਾਰਾਂ ਨੇ ਸੋਚੀ ਸਮਝੀ ਸਾਜਿਸ਼ ਦੇ ਨਾਲ
नशे पे ला चुके हैं। मंडी बनाया पंजाब में किसानी का व्यापार भी, और मंडी बना रहे हैं पंजाब में किसानी, मंडी बना रहे हैं पंजाब में। भाई असली इतने लेके आने वीरो बड़ी बड़ी कहने भी क्यों आम आदमी पार्टी शुरू तो विरोध क्यों कर रही है, बेशक होने दिखावा कर रहे हैं, इन्हों पता भी साढ़िया नलकियां, तो इस करके असं सेंटर से सीधा विरोध नहीं कर सकते। हम देखो आम आदमी पार्टी 25 तरीक न पार्टी बाजी तो उठे उपर उठ के जिते किसान धरना लागे सारे उठे साथ देवे पूरा साथ देवे। तो दूजी गल अकाली दल कहना असं चक्का जाम करा, क्यों चक्का जाम करा जी, जेड़े किसान ने मानसा पहुंचना तुम तो अपनी भुली हुई धरती में बनाने की कोशिश ना करो। सब किसान जिथे जिथे बैठा उन्होंने ताकत, उन्होंने ताकत बनो, ताकत बन के उन्होंने साथ दो। सिर्फ तो सिर्फ ये बादल साहब एक नवा स्टंट खेल रहे हैं, जो धरने ला रहे हैं, जो चक्का जाम कर रहे हैं, यह उन्होंने एक राजसी तो शासी चाल है, जिस जगह जगह पर लोगों को रोकणगे। जो ट्रैक्टर आएंगे 10-10 किलोमीटर तो उन्होंने धरने लाएंगे, पिछे पिछे बनगा ताकि उन्होंने रास्ते में घाट हो। दूसरी गल कांग्रेस सरकार विधानसभा का स्पेशल सदन बुला रहे, सदन बुला के फिर विरोध का नहीं सरना, सेंटर में चिट्ठी भेजे भी असं पंजाब नापा तोड़ूंगा। हल हैगा, यदा हल हैगा हूँ आम आदमी पार्टी के सारे वलंटियर सिर्फ तो सिर्फ किसानों के हक के लिए जिथे जिथे खड़े हैं एक मता पा के पूरा पिंड साइन कराओ भी असं इस बिल के विरोध चरोध ग्राम सभा के मते के लेके जाओ। ग्राम सभा का मता जो मैक्सिमम आ गया तो पिंड राष्ट्रपति भी मते से साइन नहीं कर सकता। मोदी सरकार, मोदी सरकार, मोदी सरकार। आप इस तो बाद अलग अलग ग्राम सभा बनावे, अलग अलग पिंड जावे, सारे पिंड की ड्यूटी लाऊंगे, कमेटी बनावे, जो ग्राम सभा के मते पाएंगे विरोध करेंगे बिल का। तो इस तो बाद आप मोदी साहब का पुतला फूकेंगे, मोदी सरकार का जो इन्होंने काले कारनामे किए, सारे बेनती सबू एक ही है भी पूरी लाइन च चलेंगे, सिस्टम बनावे, किसी तरह प्रशासन को आम लोगों को आप तंग नहीं करा। इनकलाब, इनकलाब, वाहेगुरु जी का खालसा, श्री वाहेगुरु जी की फतेह। आप